ਪੰਜਾਬੀ ਰੇਡੀਓ ਯੂ ਐਸ ਏ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਆਪਾਂ ਤੁਹਾਡੇ ਲਈ ਹਰ ਰੋਜ਼ ਮੰਡੇ ਟੂ ਫਰਾਈਡੇ ਆਪਰੇਟ ਅਮੈਰੀਕਾ ਲੈ ਕੇ ਆਉਂਦੇ ਹੁੰਦੇ ਹਾਜ਼ਰ ਹੁੰਦੇ ਹਾਂ। ਇਸੇ ਤਰ੍ਹਾਂ ਸੈਚਰਡੇ ਨੂੰ ਵੀ ਆਪਰੇਟ ਅਮੈਰੀਕਾ ਹੁੰਦੀ ਆ, ਪਲੱਸ ਜਿਹੜਾ ਟਰੱਕਿੰਗ ਇੰਡਸਟਰੀ ਦੇ ਨਾਲ ਕੋਈ ਵੀ ਜਿਹੜੀ ਨਿਊਜ਼ ਹੋਵੇ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਹਾਂ। ਸੋ ਜਿੰਨੇ ਵੀ ਸਾਡੇ ਸਰੋਤੇ, ਸਾਡੇ ਸਾਰੇ ਹੀ ਸਟੇਸ਼ਨਸ, ਏ ਐਮ ਸਟੇਸ਼ਨਸ, ਬੇਕਰਸਫੀਲਡ, ਫਰਿਜ਼ਨੋ, ਸੈਕਰਾਮੈਂਟੋ, ਯੂਬਾ ਸਿਟੀ ਅਤੇ ਨਾਲ ਦੀ ਨਾਲ ਜਿਹੜੇ ਹੋਰ ਸਟੇਸ਼ਨ ਸਾਡੇ ਹੈਗੇ ਆ, ਸੈਨੋਜ਼ੇ, ਬਰਕਲੇ, ਸਟੋਕਟਨ, ਮੋਡੈਸਟੋ, ਟਰੇਸੀ, ਮਰਸਡ, ਅਤੇ ਆਈਫੋਨ ਅਤੇ ਐਂਡਰਾਇਡ ਦੇ ਉੱਤੇ ਐਪਸ ਜਿਨ੍ਹਾਂ ਨੇ ਡਾਊਨਲੋਡ ਕੀਤੀਆਂ ਆ, ਸੁਣ ਰਹੇ ਹੈਗੇ ਆ, ਜਿਨ੍ਹਾਂ ਨੇ ਨਹੀਂ ਵੀ ਕੀਤੀਆਂ ਉਹ ਵੀ ਪਲੀਜ਼ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਰੋ ਵੀ ਤੁਸੀਂ ਐਪਸ ਡਾਊਨਲੋਡ ਕਰਕੇ ਪੰਜਾਬੀ ਰੇਡੀਓ ਯੂ ਐਸ ਏ ਨੂੰ ਵਰਲਡ ਦੇ ਵਿੱਚ ਕਿਤੇ ਵੀ ਸੁਣ ਸਕਦੇ ਆ। ਅਤੇ ਨਾਲ ਦੀ ਨਾਲ ਫੇਸਬੁੱਕ ਦੇ ਉੱਤੇ ਟੈਲੀਫੋਨ ਦੇ ਰਾਹੀਂ ਜਿੰਨੇ ਵੀ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਆਪਾਂ ਅੱਜ ਦੀਆਂ ਖਬਰਾਂ ਵੱਲ ਅਗਰ ਝਾਤ ਮਾਰੀਏ ਤਾਂ ਸਭ ਤੋਂ ਪਹਿਲੀ ਖਬਰ ਜਿਹੜੀ ਆ, ਪ੍ਰੈਜੀਡੈਂਟ ਟਰੰਪ ਆ, ਉਹਨਾਂ ਨੇ ਇੱਕ ਅੱਜ ਟਵੀਟ ਕੀਤਾ ਹੈਗਾ। ਉਹ ਕਹਿੰਦੇ ਵੀ ਮੇਰੇ 'ਤੇ ਇਸ ਤਰ੍ਹਾਂ ਦੇ ਮੀਡੀਆ ਦੇ ਵਿੱਚ ਬਲੇਮ ਲਾਏ ਜਾ ਰਹੇ ਆ ਵੀ ਜੀ ਪ੍ਰੈਜੀਡੈਂਟ ਟਰੰਪ ਸਟੇਬਲ ਨਹੀਂ। ਉਹ ਕਹਿੰਦੇ ਵੀ ਆਈ ਐਮ ਵੈਰੀ ਸਟੇਬਲ ਜੀਨੀਅਸ ਗਾਏ। ਸੋ ਇਹ ਜਿਹੜੀ ਆ ਪ੍ਰੈਜੀਡੈਂਟ ਟਰੰਪ ਵੱਲੋਂ ਜਿਹੜੀ ਟਵੀਟ ਆ ਰਹੀ ਹੈਗੀ ਆ। ਇਸੇ ਤਰ੍ਹਾਂ 450 million dollars ਦਾ ਜੈਕਪੋਟ ਸੀਗਾ, ਮੈਗਾ ਮਿਲੀਅਨਸ ਦਾ, ਉਹ ਅਨਾਊਂਸ ਹੋ ਗਿਆ ਅਤੇ ਆਲਰੇਡੀ ਇੱਕ ਜਾਣੇ ਨੂੰ ਉਹ ਵਿਨਰ ਟਿਕਰ ਵਿਨਰ ਹੈਗਾ ਹੈ ਟਿਕਟ ਦਾ, ਜੋ ਕਿ ਫਲੋਰੀਡਾ ਦੇ ਵਿੱਚ ਆ। ਅਤੇ ਇਸੇ ਤਰ੍ਹਾਂ ਐਫ ਬੀ ਆਈ ਜਿਹੜੀ ਆ ਉਹ ਇਨਵੈਸਟੀਗੇਟ ਕਰ ਰਹੀ ਆ ਕਲਿੰਟਨ ਫਾਊਂਡੇਸ਼ਨ ਨੂੰ ਬਹੁਤ ਕਾਫੀ ਮਹੀਨਿਆਂ ਤੋਂ। ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ। ਸੋ ਅੱਜ ਜਿਹੜੀ ਖਬਰ ਆ ਇਹ ਬਾਹਰ ਆਈ ਹੈਗੀ ਆ ਭਈ ਜਿਹੜੀ ਐਫ ਬੀ ਆਈ ਆ ਉਹ ਇਨਵੈਸਟੀਗੇਟ ਕਰ ਰਹੀ ਆ ਕਲਿੰਟਨ ਫਾਊਂਡੇਸ਼ਨ ਨੂੰ ਫੋਰ ਮੰਥਸ। ਅਤੇ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹਦੀ ਪੋਲਿਸੀ ਜਿਹੜੀ ਆ ਸ਼ਿਫਟ ਕਹਿੰਦੇ ਹੋ ਜੂਗੀ ਵੀ ਸਲੋ ਬੂਮਿੰਗ ਪੋਟ ਇੰਡਸਟਰੀ ਨੂੰ। ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਕਈ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਵਿੱਚ ਜਿਹੜਾ ਮਰਵਾਨਾ ਆ ਲੀਗਲ ਕਰ ਦਿੱਤਾ ਗਿਆ ਅਤੇ ਰੀਸੈਂਟਲੀ ਜਿਹੜੀ ਆ ਕੈਲੀਫੋਰਨੀਆ ਉਹਦੇ ਵਿੱਚ ਇਨਕਲੂਡ ਕੀਤੀ ਗਈ ਸੀ, ਪਰ ਸਟੇਟ ਡਿਪਾਰਟਮੈਂਟ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਇਸ 'ਤੇ ਅਗੇਂਸਟ ਹੈਗੀ ਆ। ਅਤੇ ਜੈਫ ਸੈਸ਼ਨਸ ਨੇ ਵੀ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਆ ਉਹਨਾਂ ਨੂੰ ਜਿਹੜੀ ਆਪ ਪੂਰੀ ਤਰ੍ਹਾਂ ਮਦਦ ਦੇਵਾਂਗੇ ਅਤੇ ਇਹਦੇ 'ਤੇ ਜਿਹੜਾ ਕੰਟਰੋਲ ਕੀਤਾ ਜਾ ਸਕੇ। ਅਤੇ ਕਹਿੰਦੇ ਫਸਟ ਫੇਜ ਆਫ ਜਿਹੜਾ ਟਰੰਪ ਵਾਲ ਆ ਉਹ $18 billion ਜਿਹੜਾ ਉਹਦੇ ਵਿੱਚ ਉਹਨਾਂ ਨੇ ਰਿਕੁਐਸਟ ਕੀਤਾ ਹੈਗਾ। ਪ੍ਰੈਜੀਡੈਂਟ ਟਰੰਪ ਨੇ ਜਿੰਨੇ ਵੀ ਹੁਣ ਇਮੀਗ੍ਰੇਸ਼ਨ ਮੈਟਰ ਦੇ ਉੱਤੇ ਉਹ ਕਹਿੰਦੇ ਸੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਹੈਗੇ ਕਾਂਗਰਸਮੈਨ ਜਾਂ ਸੈਨੇਟਰ, ਅਤੇ ਉਹਨਾਂ ਨੇ ਇੱਕ ਸ਼ਰਤ ਇਹ ਲਾਈ ਹੋਈ ਆ ਵੀ ਅਗਰ ਜਿਹੜੇ ਡਾਕਾ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਤੁਸੀਂ ਪਰਮਾਨੈਂਟ ਕਰਨ ਦੀ ਜਿਹੜਾ ਮੁੱਦਾ ਲੈ ਕੇ ਆਉਣਾ ਆ ਅਤੇ ਮੇਰਾ ਜਿਹੜਾ ਆ ਕੰਧ ਬਣਾਉਣ ਦਾ ਜਿਹੜਾ ਮੁੱਦਾ ਆ ਉਹ ਉਹਦੇ ਨਾਲ ਅਟੈਚ ਹੋਊਗਾ ਅਤੇ $18 billion ਦੇ ਕਰੀਬ ਜਿਹੜੇ ਆ ਪੈਸੇ ਉਹ ਚਾਹੀਦੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਰਿਪਬਲਿਕਨ ਸੈਨੇਟਰ ਹੈਗੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਟਰੰਪ ਡੋਜ਼ੀਅਰ ਦਾ ਔਥਰ ਹੈਗਾ ਆ ਬੁੱਕ ਦਾ ਉਹਦੇ ਅਗੇਂਸਟ ਜਿਹੜੇ ਹੈਗੇ ਆ ਚਾਰਜਸ ਸਾਨੂੰ ਲਾਉਣੇ ਚਾਹੀਦੇ ਹੈਗੇ ਆ। ਅਤੇ ਵਰਲਡ ਲੈਵਲ ਦੇ ਉੱਤੇ ਜੇ ਖਬਰ ਸਾਂਝੀ ਕਰੀਏ, ਇਜ਼ਰਾਈਲ ਨੂੰ ਐਕਿਊਜ਼ ਕੀਤਾ ਗਿਆ ਆ ਭਈ ਇਜ਼ਰਾਈਲ ਜਿਹੜਾ ਆ ਜੈਰੂਸਲਮ ਦੇ ਵਿੱਚ ਬਹੁਤ ਸਾਰੇ ਜਿਹੜੇ ਪੈਲਸਤੀਨੀਅਨ ਰਹਿ ਰਹੇ ਆ, ਕਈ ਤਾਂ ਬੋਰਨ ਹੀ ਉੱਥੇ ਦੇ ਆ, ਉਹਨਾਂ ਦੇ ਕੋਲ ਜਿਹੜੀ ਕਈ ਸਿਟੀਜ਼ਨ ਵੀ ਹੈਗੇ ਉੱਥੇ ਦੇ, ਪਰ ਕਈਆਂ ਨੂੰ ਉਹਨਾਂ ਨੇ ਰੈਜੀਡੈਂਸੀ ਪਰਮਿਟ ਦਿੱਤੇ ਉਹ ਹੈਗੇ ਆ ਜਿਹੜੇ ਪੈਲਸਤੀਨੀਅਨ ਜਾ ਕੇ ਜੈਰੂਸਲਮ 'ਚ ਕੰਮ ਕਰਦੇ ਆ। ਸੋ ਕਹਿੰਦੇ ਵੀ ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਉਹਨਾਂ ਨੂੰ ਜਿਹੜਾ ਰਿਵੋਕ ਕਰ ਰਿਹਾ ਹੈਗਾ। ਤੇ ਟਵਿੱਟਰ ਨੇ ਐਕਸਪਲੇਨ ਕੀਤਾ ਆ ਭਈ ਉਹ ਵਰਲਡ
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਪੂਜਾ। ਨੱਚਦੇ ਨਚਾਉਂਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਜੇਕਰ ਅਜੇ ਵੀ ਤੁਸੀਂ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ ਜਾਂ ਫਿਰ ਤੁਸੀਂ ਆਪਣੀ ਇੰਸ਼ੋਰੈਂਸ ਦੀ ਸਸਤੀ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸਭ ਸੇਵਾਵਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 ਦੇ ਉੱਤੇ। 2018 ਦੇ ਵਿੱਚ ਜੇਕਰ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਤਾਂ ਅਗਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੇ ਵਿੱਚ ਤੁਹਾਨੂੰ ਪੈਨਲਟੀ ਦੇਣੀ ਪਵੇਗੀ। 2018 ਦੇ ਵਿੱਚ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਪਲਾਨ ਦੇ ਰੇਟ ਤਬਦੀਲ ਕੀਤੇ ਹਨ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀ ਨਵੀਂ ਐਪਲੀਕੇਸ਼ਨ ਭਰਨੀ ਹੋਵੇ, ਚੱਲ ਰਹੀ ਪਲਾਨ ਨੂੰ ਚੇਂਜ ਕਰਨਾ ਹੋਵੇ ਜਾਂ ਹੋਰ ਪਲਾਨ ਦੇ ਰੇਟ ਚੈੱਕ ਕਰਨੇ ਹੋਣ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 408-272-2500। ਸੁਸਰੋਤੇ, ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਲੈ ਕੇ ਹਾਜ਼ਰ ਹੋਏ ਹਾਂ। ਥੋੜ੍ਹੀ ਟੈਕਨੀਕਲ ਡਿਫੀਕਲਟੀ ਚੱਲ ਰਹੀ ਸੀ ਅਤੇ ਅਗਰ ਆਪਾਂ ਅਗਲੀ ਖਬਰ ਵੱਲ ਆਈਏ, ਜਿਸ ਤਰ੍ਹਾਂ ਮੈਂ ਪਿੱਛੇ ਵੀ ਡਿਸਕਸ ਕੀਤਾ ਸੀ, ਸਾਊਦੀ ਅਰੇਬੀਆ ਦੇ ਵਿੱਚ 11 ਦੇ ਕਰੀਬ ਜਿਹੜੇ ਸਾਊਦੀ ਅਰੇਬੀਆ ਦੇ ਪ੍ਰਿੰਸ ਹੈਗੇ ਆ, ਜਿਹੜੇ ਰਾਜੇ ਆ, ਉਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ ਉਹਨਾਂ ਦੇ ਯੂਟਿਲਿਟੀ ਬਿੱਲ 'ਤੇ, ਵੀ ਉਹਨਾਂ ਦੇ ਜਿਹੜੇ ਯੂਟਿਲਿਟੀ ਦੇ ਬਿੱਲ ਆ ਉਹ ਬਹੁਤ ਜ਼ਿਆਦਾ ਆਏ ਆ। ਅਤੇ ਰੋਏ ਮੂਰ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੇ ਐਕਿਊਜ਼ ਕਰਨ ਵਾਲੇ ਸੀਗੇ, ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਅਤੇ ਪੂਰੀ ਤਰ੍ਹਾਂ ਜਲ ਗਿਆ ਅਤੇ ਹੁਣ ਉਹ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਹਦੇ ਪਿੱਛੇ ਕੌਣ ਹੈਗਾ ਆ। ਅਤੇ ਇਸੇ ਤਰ੍ਹਾਂ ਜਿਹੜੀ SEC ਹੈਗੀ ਆ, ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਆ, ਉਹ ਕਹਿੰਦੇ ਵੀ ਉਹ ਕਸ਼ਨਰ ਫੈਮਿਲੀ ਨੂੰ ਜਿਹੜੇ ਆ ਇਨਵੈਸਟੀਗੇਟ ਕਰ ਰਹੇ ਆ, ਕਿਉਂਕਿ ਉਹਨਾਂ ਨੇ ਜਿਹੜਾ ਇੱਕ ਕੰਟਰੋਵਰਸ਼ੀਅਲ ਵੀਜ਼ਾ ਪ੍ਰੋਗਰਾਮ ਆ ਉਹਨੂੰ ਯੂਜ਼ ਕੀਤਾ ਹੈਗਾ ਆ। ਅਗਰ ਇਮੀਗ੍ਰੇਸ਼ਨ ਵਾਲੀ ਖਬਰ ਵੱਲ ਜਾਈਏ ਤਾਂ ਕਹਿੰਦੇ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਨਵਾਂ ਰੂਲ ਸੈਟਅਪ ਕੀਤਾ ਹੈਗਾ ਆ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਸਰਚ ਕਰਨ ਦੇ ਲਈ। ਸੋ ਜੇ ਅਗਰ ਤੁਸੀਂ ਕੋਈ ਵੀ ਜਿਹੜਾ ਆਪਣਾ ਟੈਲੀਫੋਨ ਜਿੱਦਾਂ ਅਤੇ ਜਿਹੜਾ ਆਪਣਾ ਲੈਪਟੋਪ ਲੈ ਕੇ ਜਾਂਦੇ ਹੈਗੇ ਆ ਅਤੇ ਉਹਨੂੰ ਉਹ ਸਰਚ ਕਰ ਸਕਦੇ ਹੈਗੇ ਆ। ਅਤੇ ਕਹਿੰਦੇ ਹੁਣ ਕਾਫੀ ਵੱਡੀ ਗਿਣਤੀ ਦੇ ਵਿੱਚ ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਆ ਤੁਹਾਡੇ ਤੋਂ ਤੁਹਾਡਾ ਫੋਨ ਲੈ ਕੇ ਵੀ ਸਰਚ ਕਰ ਸਕਦੇ ਆ ਅਤੇ ਜੇ ਤੁਹਾਡਾ ਆਈਫੋਨ ਹੈਗਾ ਆ ਉਹਨੂੰ ਲੈ ਕੇ ਵੀ ਸਰਚ ਕਰ ਸਕਦੇ ਹੈਗੇ ਆ। ਅਤੇ ਇਸੇ ਤਰ੍ਹਾਂ ਜਿਹੜੀ ਠੰਡ ਆ, ਠੰਡ ਨੇ ਬੜੀ ਤਸੱਲੀ ਮਚਾਈ ਹੋਈ ਆ ਪੂਰੇ ਅਮਰੀਕਾ ਦੇ ਵਿੱਚ। ਮਾਊਂਟ ਵਾਸ਼ਿੰਗਟਨ ਜਿਹੜਾ ਵਾਸ਼ਿੰਗਟਨ ਦੇ ਵਿੱਚ ਹੈਗਾ, ਕਹਿੰਦੇ ਉੱਥੇ -90 ਡਿਗਰੀ ਟੈਂਪਰੇਚਰ ਚਲਾ ਗਿਆ। ਇਹ ਇੱਕ ਤਰ੍ਹਾਂ ਨਾਲ ਇਤਿਹਾਸ ਬਣਿਆ ਹੈਗਾ, ਕਹਿੰਦੇ -90 ਡਿਗਰੀ ਟੈਂਪਰੇਚਰ ਤਾਂ ਬਹੁਤ ਹੀ ਜਿੱਦਾਂ ਲੋਅ ਟੈਂਪਰੇਚਰ ਹੈਗਾ ਆ। ਅਤੇ ਡੰਕਨ ਡੋਨਟਸ ਜਿਹੜੇ ਆ ਉਹਨਾਂ ਨੇ ਆਪਣਾ ਮੀਨਿਊ ਚੇਂਜ ਕੀਤਾ ਹੈਗਾ ਆ, ਹੁਣ ਜਿਹੜਾ ਚੇਂਜ ਕਰਨ ਜਾ ਰਿਹਾ ਇਸ ਮੰਡੇ ਤੋਂ। ਅਤੇ ਬਲਿਜ਼ਰਡ ਜਿਹੜਾ ਆਇਆ ਹੈਗਾ ਆ ਸਨੋਅ ਦਾ, ਆਪਾਂ ਦੱਸਦੇ ਆਏ ਹਾਂ ਵੀ ਈਸਟ ਕੋਸਟ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ। ਅਤੇ ਇਸ ਬਲਿਜ਼ਰਡ ਦੇ ਨਾਲ JF ਕੈਨੇਡੀ ਜਿਹੜਾ ਏਅਰਪੋਰਟ ਆ ਉੱਥੇ ਜਿਹੜੇ 2 ਜਹਾਜ਼ ਆ ਉਹ ਆਪਸ ਦੇ ਵਿੱਚ ਉਹਨਾਂ ਦੀ ਟੱਕਰ ਹੋ ਗਈ, ਕੋਲਾਈਡ ਕਰ ਗਏ। ਲੱਕਲੀ ਕੋਈ ਜਿਹੜਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਉਹਦੇ ਨਾਲ ਕਹਿੰਦੇ ਪਈ ਹੰਡਰਡਸ ਆਫ ਫਲਾਈਟਸ ਜਿਹੜੀਆਂ ਆ ਉਹ ਜਿਹੜੀਆਂ ਡਿਲੇ ਹੋ ਗਈਆਂ। ਇਸੇ ਤਰ੍ਹਾਂ ਜਿਹੜਾ ਟੋਰੋਂਟੋ ਦਾ ਪੀਅਰਸਨ ਏਅਰਪੋਰਟ ਹੈਗਾ ਆ ਉੱਥੇ ਵੀ ਜਿਹੜੇ ਪਲੇਨ ਆ ਆਪਸ ਦੇ ਵਿੱਚ ਕੋਲਾਈਡ ਕੀਤੇ ਅਤੇ ਉੱਥੇ ਵੀ ਜਿਹੜੇ ਪੈਸੰਜਰ ਆ ਉਹ ਇੱਕ ਤਰ੍ਹਾਂ ਨਾਲ ਸੇਫ ਹੈਗੇ ਆ। ਜਿਹੜਾ ਈਲੋਨ ਮਸਕ ਹੈਗਾ ਟੈਸਲਾ ਦਾ, ਉਹ ਕਹਿੰਦਾ ਆ ਵੀ ਜਿਹੜਾ Model 3 ਹੈਗਾ ਆ ਉਹਦੇ ਬਾਰੇ ਉਹ ਸੋਚ ਰਿਹਾ ਵੀ ਜਿਹੜੀ ਉਹਦੀ ਪ੍ਰੋਡਕਸ਼ਨ ਆ ਉਹ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈਗੀ ਆ। ਸੋ ਸਰੋਤਿਓ, ਇਹ ਤਾਂ ਸੀਗੀਆਂ ਕੁਛ ਕੁ ਜਿਹੜੀਆਂ ਮੇਨ ਖਬਰਾਂ ਵੀ USA ਦੇ ਵਿੱਚ ਕੀ ਕੁਝ ਵਾਪਰ ਰਿਹਾ ਅਤੇ ਸਾਡੇ ਆਂਢ ਗੁਆਂਢ ਦੇ ਵਿੱਚ ਕੀ ਕੁਝ ਵਾਪਰ ਰਿਹਾ। ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਜਿਹੜਾ ਟੈਂਪਰੇਚਰ ਵਾਲੀ ਜਿਹੜੀ ਖਬਰ ਆ ਉਹ ਬਹੁਤ ਮੇਨ ਹੈਗੀ ਆ ਅੱਜ, ਖਾਸ ਕਰਕੇ ਜਿਹੜੇ ਟਰੱਕਰ ਵੀਰ ਹੈਗੇ ਆ ਉਹ ਈਸਟ ਕੋਸਟ ਵੱਲ ਨੂੰ ਜਿਹੜੇ ਜਾ ਰਹੇ ਹੈਗੇ ਆ, ਉਹ ਜਿਹੜਾ ਵੈਦਰ ਆ ਬਹੁਤ ਹੀ ਬੈਡ ਹੈਗਾ ਉੱਧਰ, ਅਤੇ ਕਾਫੀ ਜ਼ਿਆਦਾ ਜਿਹੜੇ ਆ ਬਲਿਜ਼ਰਡ ਆਏ ਹੋਏ ਹੈਗੇ ਆ ਅਤੇ ਐਕਸੀਡੈਂਟ ਵੀ ਜਿਹੜੇ ਟਰੱਕਰਸ ਆ ਉਹਨਾਂ ਦੇ ਬਹੁਤ ਜ਼ਿਆਦਾ ਹੋਏ ਹੈਗੇ ਆ। ਸੋ ਸਰੋਤਿਓ, ਜੇ ਅਗਰ ਅਗਲੀ ਖਬਰ ਵੱਲ ਜਾਈਏ ਤਾਂ ਕੈਲੀਫੋਰਨੀਆ ਦੇ ਲਾਗੇ ਵੀ ਮੈਂ ਤੁਹਾਨੂੰ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਸਿਆਟਲ ਦੇ ਵਿੱਚ ਜਿਹੜਾ ਮਾਊਂਟ ਹੈਗਾ ਆ ਉਹਦੇ ਉੱਤੇ -90 ਡਿਗਰੀ ਜਿਹੜਾ ਟੈਂਪਰੇਚਰ ਹੋਇਆ ਪਿਆ ਆ।
ਤੇ ਜੇ ਅਗਰ ਟਰੱਕਿੰਗ ਇੰਡਸਟਰੀ ਵੱਲ ਜਾਈਏ, ਕਹਿੰਦੇ ਜਿਹੜੀ ਟਰੱਕਿੰਗ ਇੰਡਸਟਰੀ ਆ ਉਸ ਨੇ ਜਿਹੜੀ ਰੀਟੇਲਰਸ ਅਤੇ ਜਿਹੜੇ ਮੈਨੂਫੈਕਚਰਿੰਗ ਵਾਲੇ ਜੋਬਸ ਵਾਲੇ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਕਤ ਪਾਇਆ ਹੋਇਆ ਹੈ, ਕਿਉਂਕਿ ਜਿਹੜੀਆਂ ਹੁਣ ਪ੍ਰਾਈਸਿਸ ਹੈਗੀਆਂ ਆ ਉਹ ਕਾਫੀ ਹਾਈ ਹੋ ਗਈਆਂ ਆ। ਸੋ ਉਹਦੇ ਕਰਕੇ ਜਿਹੜੇ ਬਹੁਤ ਸਾਰੇ ਜਿਹੜੇ ਮੈਨੂਫੈਕਚਰਰਸ ਅਤੇ ਰੀਟੇਲਰਸ ਹੈਗੇ ਆ ਉਹ ਉਹਨਾਂ ਨੇ ਆਪਣਾ ਜਿਹੜਾ ਸਮਾਨ ਆ ਉਹ ਜਿੰਨਾ ਕੁ ਜ਼ਰੂਰੀ ਚਾਹੀਦਾ ਉਨਾ ਕੁ ਹੀ ਮੰਗਾ ਰਹੇ ਹੈਗੇ ਆ। ਉਹਨਾਂ ਨੇ ਆਪਣੀ ਜਿਹੜੀ ਕੰਡੀਸ਼ਨ ਆ ਇਸ ਤਰ੍ਹਾਂ ਨਾਲ ਇੱਕ ਟਾਈਟ ਕੀਤੀ ਹੋਈ ਆ, ਕਿਉਂਕਿ ਜਿਹੜੀ ਮਾਰਕੀਟ ਦੇ ਵਿੱਚ ਜਿਹੜੀਆਂ ਕਹਿੰਦੇ ਪ੍ਰਾਈਸਿਸ ਹੈਗੀਆਂ ਮੂਵ ਕਰਨ ਦੀਆਂ ਉਹ ਬਹੁਤ ਹਾਈ ਹੋਈਆਂ ਹੈਗੀਆਂ ਆ। ਇਹ ਜਿੱਦਾਂ ਪਿਛਲੇ ਲਗਭਗ ਕਹਿੰਦੇ 2017 ਦੇ ਵਿੱਚ $2.11 ਪਰ ਮਾਈਲ ਦੇ ਹਿਸਾਬ ਨਾਲ ਜਿਹੜੇ ਫੋਰ ਹਾਇਰ ਵਾਲੇ ਜਿਹੜੇ ਬਿਗ ਰਿਗ ਸੀਗੇ ਉਹ ਚਾਰਜ ਕਰਦੇ ਸੀ ਮੈਨੂਫੈਕਚਰਿੰਗ ਵਾਲਿਆਂ ਨੂੰ ਅਤੇ ਰੀਟੇਲਰਸ ਨੂੰ। ਇਹ ਹੁਣ ਤੁਸੀਂ ਦੇਖੋ ਵੀ ਤੁਹਾਨੂੰ ਕਿੰਨੇ ਕੁ ਪੈਸੇ ਮਿਲਦੇ ਸੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ। ਸੋ ਐਵਰੇਜ ਜਿਹੜੀ ਉਹਨਾਂ ਨੇ ਇਹ ਕੱਢੀ ਆ ਵੀ 2017 ਦੇ ਵਿੱਚ ਜਿਹੜੀ ਕੋਸਟ ਸੀਗੀ ਪਰ ਮਾਈਲ $2.11 ਜਿਹੜੇ ਆ ਬਿਗ ਰਿਗ ਕੰਪਨੀਆਂ ਉਹ ਯੂਜ਼ ਕਰਦੀਆਂ ਸੀਗੀਆਂ ਕਸਟਮਰ ਦਾ ਸਮਾਨ ਮੂਵ ਕਰਨ ਦੇ ਵਿੱਚ, ਜੋ ਕਿ 2016 ਤੋਂ ਕਾਫੀ ਉੱਤੇ ਗਿਆ ਹੈਗਾ। 2016 ਦੇ ਵਿੱਚ ਕਹਿੰਦੇ ਵੀ $1.60 ਦੇ ਕਰੀਬ ਸੀ, $1.60 ਦੇ ਕਰੀਬ। ਸੋ 2017 ਦੇ ਵਿੱਚ ਇਹ ਜਿਹੜੀ ਚਾਰਜਸ ਆ ਕਾਫੀ ਜ਼ਿਆਦਾ ਹੋਏ ਹੈਗੇ ਆ। ਇਸ ਤੋਂ ਜਿਹੜੀ ਅਗਲੀ ਖਬਰ ਅਗਰ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਆਈਏ ਤੇ ਇੱਕ ਰੋਲਿੰਗ ਸਟੋਨ ਨਾਮ ਦਾ ਮੈਗਜ਼ੀਨ ਹੈਗਾ ਆ, ਉਹਨਾਂ ਨੇ ਬੜਾ ਵੱਡਾ ਆਰਟੀਕਲ ਲਿਖਿਆ ਹੈ ਵੀ ਡੈਥ ਆਫ ਅਮੈਰੀਕਨ ਟਰੱਕਰ। ਆਪਾਂ ਪਿਛਲੇ ਸਮਿਆਂ ਦੇ ਵਿੱਚ ਵੀ ਮੈਂ ਅਤੇ ਰਾਜਕਰਨਵੀਰ ਸਿੰਘ ਦੋਨੋਂ ਹੀ ਤੁਹਾਨੂੰ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਹੋਣ ਜਾ ਰਹੀ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਜਿਹੜੀਆਂ ਟੈਕਨੋਲੋਜੀ ਫੀਲਡ ਦੇ ਵਿੱਚ ਹੈਗੀਆਂ ਆ ਉਹ ਜਿਹੜੀਆਂ ਇਹ ਕਰ ਰਹੀਆਂ ਹੈਗੀਆਂ ਆ ਇਹਦੇ ਉੱਤੇ ਫੋਕਸ ਪਈ ਜਿਹੜੀ ਆਟੋਮੈਟਿਕ ਜਿਹੜੀ ਟਰੱਕਿੰਗ ਇੰਡਸਟਰੀ ਆ ਇਹਦੇ 'ਤੇ ਜਿਹੜਾ ਜ਼ੋਰ ਦਿੱਤਾ ਜਾਵੇ, ਕਿਉਂਕਿ $700 billion ਦੀ ਜਿਹੜੀ ਇਹ ਇੰਡਸਟਰੀ ਹੈਗੀ ਆ ਅਤੇ ਟੈਸਲਾ ਨੇ ਵੀ ਆਲਰੇਡੀ ਆਪਣਾ ਜਿਹੜਾ ਟਰੱਕ ਬਣਾ ਦਿੱਤਾ, ਬਹੁਤ ਸਾਰੀਆਂ ਕੰਪਨੀਆਂ ਨੇ ਉਹਨਾਂ ਦੇ ਟਰੱਕ ਆਰਡਰ ਵੀ ਕਰ ਦਿੱਤੇ ਆ। 2019 ਤੋਂ ਜਿਹੜੀ ਇਹ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਸ਼ੁਰੂ ਹੋ ਜਾਣੀ ਹੈਗੀ ਆ। ਸੋ ਜੇ ਟਰੱਕਿੰਗ ਇੰਡਸਟਰੀ ਦੇ ਵਿੱਚ ਦੱਸਿਆ ਜਾਵੇ ਕਹਿੰਦੇ ਵੀ ਜਦੋਂ ਪ੍ਰੈਜੀਡੈਂਟ ਟਰੰਪ ਆਏ ਸੀ ਅਤੇ ਜਿਹੜੇ ਮੋਸਟਲੀ ਜਿੰਨੇ ਵੀ ਟਰੱਕਰਸ ਹੈਗੇ ਆ ਜਾਂ ਟਰੱਕਿੰਗ ਦੀਆਂ ਐਸੋਸੀਏਸ਼ਨਸ ਹੈਗੀਆਂ ਆ ਖਾਸ ਕਰਕੇ ਅਮੈਰੀਕਨ ਟਰੱਕਰ ਐਸੋਸੀਏਸ਼ਨ ਉੱਥੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਪ੍ਰੈਜੀਡੈਂਟ ਟਰੰਪ ਆ ਉਹ ਟਰੱਕਿੰਗ ਇੰਡਸਟਰੀ ਦੇ ਨਾਲ ਆਪਣਾ ਦੋਸਤਾਂ ਵਾਲਾ ਜਿਹੜਾ ਵਿਵਹਾਰ ਕਰਨਗੇ। ਸੋ ਪ੍ਰੈਜੀਡੈਂਟ ਟਰੰਪ ਨੇ ਇੱਕ ਵਾਰੀ ਮੀਟਿੰਗ ਵੀ ਕੀਤੀ ਸੀ ਅਮੈਰੀਕਨ ਟਰੱਕਰ ਐਸੋਸੀਏਸ਼ਨ ਦੇ ਨਾਲ, ਉੱਥੇ ਉਹਨਾਂ ਨੇ ਅਬਾਮਾ ਕੇਅਰ ਦਾ ਵੀ ਜ਼ਿਕਰ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ ਅਫੋਰਡੇਬਲ ਕੇਅਰ ਐਕਟ ਹੈਗਾ ਆ ਇਹ ਟਰੱਕਿੰਗ ਇੰਡਸਟਰੀ ਨੂੰ ਹਰਟ ਕਰ ਰਿਹਾ ਹੈਗਾ। ਤੋ ਉਹ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਟੈਕਸ ਬਿੱਲ ਬਾਰੇ ਵੀ ਜਦੋਂ ਗੱਲਬਾਤ ਹੋਈ ਹੈਗੀ ਆ ਉਹ ਵੀ ਇੱਕ ਜਗ੍ਹਾ ਟਰੱਕਿੰਗ ਇੰਡਸਟਰੀ ਦੇ ਲੋਕ ਇਕੱਠੇ ਹੋਏ ਸੀ ਉੱਥੇ ਉਹਨਾਂ ਨੇ ਗੱਲ ਕੀਤੀ ਸੀ ਵੀ ਮੈਂ ਜਿਹੜਾ ਆ ਟੈਕਸ ਰੇਟ ਉਹ ਘਟਾਉਣ ਜਾ ਰਿਹਾ ਹੈਗਾ। ਅਤੇ 1.7 million ਦੇ ਕਰੀਬ ਜਿਹੜੇ ਜੋਬਸ ਹੈਗੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਅਤੇ ਕਹਿੰਦੇ ਵੀ $60 billion ਦੇ ਕਰੀਬ ਜਿਹੜੀ ਆ ਐਨੂਅਲ ਵੇਜਸ ਹੁੰਦੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ $60 billion। ਅਤੇ ਜੇ ਦੇਖਿਆ ਜਾਵੇ ਅੱਜ ਦੀ ਡੇਟ ਦੇ ਵਿੱਚ ਵੀ ਕਹਿੰਦੇ ਵੀ ਮਜੋਰਟੀ ਜਿਹੜੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਉਹ ਵਾਈਟ ਅਮੈਰੀਕਨ ਆ ਅਤੇ ਜਿੱਦਾਂ 2/3 ਕਹਿ ਸਕਦੇ ਹਾਂ ਵਾਈਟ ਅਮੈਰੀਕਨ ਹੈਗੇ ਆ ਅਤੇ ਮਜੋਰਟੀ ਜਿਹੜੇ ਆ ਇਹ ਰਿਪਬਲਿਕਨਸ ਆ ਅਤੇ ਮਜੋਰਟੀ ਨੇ ਹੀ ਜਿਹੜਾ ਆ ਪ੍ਰੈਜੀਡੈਂਟ ਟਰੰਪ ਨੂੰ ਵੋਟ ਪਾਈ ਹੈਗੀ ਆ। ਅਤੇ ਪਰ ਹੁਣ ਜਿਹੜਾ ਆਟੋਮੈਟਿਕ ਵਾਲਾ ਕੰਮ ਆ ਰਿਹਾ ਕਹਿੰਦੇ ਵੀ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਝਟਕਾ ਲੱਗੇਗਾ ਖਾਸ ਕਰਕੇ ਟਰੱਕ ਡਰਾਈਵਰਸ ਨੂੰ। ਮੈਂ ਤੁਹਾਨੂੰ ਦੱਸਿਆ ਹੀ ਆ ਵੀ $700 billion ਦੀ ਜਿਹੜੀ ਟਰੱਕਿੰਗ ਇੰਡਸਟਰੀ ਆ ਇਹ ਇੱਕ ਤਰ੍ਹਾਂ ਨਾਲ ਡਿਸਟਰਪਟ ਹੋਣ ਜਾ ਰਹੀ ਆ। ਬਹੁਤ ਸਾਰੇ ਜਿਹੜੇ ਸਰੋਤੇ ਉਹ ਸੋਚਦੇ ਹੋਣਗੇ ਵੀ ਖਰੇ ਜੀ ਇਹ ਪੰਜਾਬੀ ਰੇਡੀਓ USA ਵਾਲੇ ਡਰਾ ਰਹੇ ਆ, ਆਪਾਂ ਕੋਈ ਡਰਾ ਨਹੀਂ ਰਹੇ, ਜਸਟ ਗੂਗਲ ਇਟ ਸਰਚ ਕਰੋ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੰਨੀ ਜ਼ੋਰ ਦੇ ਨਾਲ ਜਿਹੜਾ ਆਟੋਮੈਟਿਕ ਟਰੱਕਿੰਗ ਦੇ ਉੱਤੇ ਕੰਮ ਹੋ ਰਿਹਾ ਹੈਗਾ। ਅਤੇ ਜਿਹੜੀ ਇੱਕ ਇੰਸਟੀਚਿਊਟ ਹੈਗੀ ਆ ਮਕਿੰਸੀ ਗਲੋਬਲ ਇੰਸਟੀਚਿਊਟ ਉਹਨਾਂ ਨੇ ਇਹ ਕਿਹਾ ਆ ਵੀ 2025 ਤੱਕ ਅੱਜ ਤੋਂ ਦੇਖ ਲਓ ਵੀ ਕਹਿੰਦੇ 7 ਸਾਲਾਂ 'ਚ 1 million ਜਿਹੜੇ ਟਰੱਕ ਡਰਾਈਵਰਸ ਆ ਉਹ ਆਪਣੀ ਜੋਬ ਲੂਜ਼ ਕਰ ਦੇਣਗੇ
ਖਾਸ ਕਰਕੇ ਆਟੋਮੈਟਿਕ ਟਰੱਕਿੰਗ ਇੰਡਸਟਰੀ ਦੇ ਕਰਕੇ। ਸੋ ਕਈ ਸੋਚਦੇ ਹੋਣਗੇ ਵੀ ਨਹੀਂ ਜੀ, 7 ਸਾਲ ਤਾਂ ਇੱਦਾਂ ਕਿੱਦਾਂ 1 ਮਿਲੀਅਨ ਜੋਬਸ ਲੂਜ਼ ਕਰ ਦੇਣਗੇ। ਜੇ ਅਗਰ ਤੁਸੀਂ 4-5 ਸਾਲ 6 ਤੋਂ ਤੁਸੀਂ ਅਮਰੀਕਾ 'ਚ ਰਹਿੰਦੇ ਆ, ਤੁਸੀਂ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਟੈਕਸੀ ਇੰਡਸਟਰੀ ਆ ਉਹਦਾ ਭੋਗ ਪੈ ਗਿਆ ਹੈਗਾ। ਅਤੇ ਜਿੱਥੇ ਖਾਸ ਕਰਕੇ ਨਿਊਯਾਰਕ ਵਗੈਰਾ 'ਚ ਟੈਕਸੀ ਦੀ ਜਿਹੜੀ ਪਲੇਟ ਆ ਉਹ 1.3 ਮਿਲੀਅਨ ਤੱਕ ਸੀ, ਹੁਣ $3-3 ਲੱਖ ਤੱਕ ਆ ਗਈ ਆ ਇੱਥੋਂ ਘੱਟ ਕੇ। ਸਿਆਟਲ 'ਤੇ 5-5 ਲੱਖ ਸੀ, ਹੁਣ $50,000 ਤੱਕ ਆ ਗਈ ਆ। ਸੋ ਕਈ ਏਰੀਏ ਦੇ ਵਿੱਚ, ਮਲਵਾਕੀ 'ਚ 2-2.5-2.5 ਲੱਖ ਸੀ, ਉਹ ਜ਼ੀਰੋ ਹੋ ਗਈ ਇੱਕਦਮ ਹੀ, ਇੱਕੋ ਰਾਤ ਦੇ ਵਿੱਚ। ਸੋ ਜਿਹੜੀ ਊਬਰ ਆ, ਊਬਰ ਨੇ ਟੈਕਸੀ ਇੰਡਸਟਰੀ ਜਿਹੜੀ ਆ ਉਹਨੂੰ ਪੂਰੀ ਤਰ੍ਹਾਂ ਮਾਰ ਦਿੱਤਾ। ਸੋ ਇਸੇ ਤਰ੍ਹਾਂ ਜਿਹੜੀਆਂ ਆ, ਕਿਉਂਕਿ $700 ਬਿਲੀਅਨ ਦੀ ਇੰਡਸਟਰੀ ਆ, ਇਹਦੇ ਉੱਤੇ ਹੁਣ ਟੈਸਲਾ ਨੇ, ਊਬਰ ਨੇ, ਬਹੁਤ ਸਾਰੀਆਂ ਹੋਰ ਚਾਈਨੀਜ਼ ਗਈ ਕੰਪਨੀਆਂ ਵੀ ਹੈਗੀਆਂ, ਉਹਨਾਂ ਨੇ ਜਿਹੜਾ ਆਟੋਮੈਟਿਕ 'ਤੇ ਜ਼ੋਰ ਦਿੱਤਾ। ਇੱਕ ਤਾਂ ਕਹਿੰਦੇ ਵੀ ਸੇਫਟੀ ਇਸ਼ੂ ਆ, ਦੂਜਾ ਇਹ ਆ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ $60 ਬਿਲੀਅਨ ਦੇ ਜਿਹੜੇ ਵੇਜਸ ਹੈਗੇ ਆ ਉਹ ਘਟਣਗੇ। ਸੋ ਮਕਿੰਸੀ ਗਲੋਬਲ ਇੰਸਟੀਚਿਊਟ ਜਿਹੜੀ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ 85% ਆਟੋਮੇਸ਼ਨ ਜਿਹੜੀ ਆ ਉਹ 2027 ਤੱਕ ਹੋ ਜਾਏਗੀ। ਸੋ ਅੱਜ ਤੋਂ 9 ਸਾਲਾਂ ਤੱਕ ਕਹਿੰਦੇ ਆ ਵੀ 85% ਆਟੋਮੇਸ਼ਨ ਹੋ ਜਾਣੀ ਆ। ਸੋ ਇਹ ਜਿਹੜੇ ਆ ਇੰਸਟੀਚਿਊਟ, ਮੈਂ ਉਹਨਾਂ ਦੇ ਸਰਵੇ ਪੜ੍ਹ ਰਿਹਾ, ਕੋਈ ਆਪਣੇ ਕੋਲੋਂ ਅਸੀਂ ਜਿੱਦਾਂ ਨਹੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅਤੇ 2025 ਤੱਕ ਕਹਿੰਦੇ ਵੀ 1 ਮਿਲੀਅਨ ਜਿਹੜੇ ਟਰੱਕਰਸ ਆ ਉਹ ਆਪਣੀ ਜੋਬ ਲੂਜ਼ ਕਰ ਜਾਣਗੇ, ਅਤੇ 1.5 ਮਿਲੀਅਨ ਜਿਹੜੇ ਟਰੱਕਰਸ ਆ 2027 ਤੱਕ ਜਿਹੜੀ ਆ ਜੋਬ ਲੂਜ਼ ਕਰ ਜਾਣਗੇ। ਸੋ ਹੁਣ ਇਹਦੇ ਵਿੱਚ ਜਿਹੜੇ ਲੋਕ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਸਾਥ ਦਿੱਤਾ ਅਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦਾ ਸਾਥ ਦਿੱਤਾ, ਸੋ ਉਹ ਹੁਣ ਭੰਬਲ ਭੂਸੇ 'ਚ ਫਸੇ ਹੋਏ ਆ। ਉਹ ਕਹਿੰਦੇ ਵੀ ਇੱਕ ਪਾਸੇ ਤਾਂ ਉਹ ਕਹਿੰਦੇ ਆ ਵੀ ਮੈਂ ਸਮਾਲ ਬਿਜ਼ਨਸ ਦੇ ਨਾਲ ਹਾਂ, ਰੈਗੂਲੇਸ਼ਨ ਨਹੀਂ ਲਾਉਣੇ ਹੈਗੇ, ਉਹ ਜਦੋਂ ਕੋ ਹੁਣ ਰੈਗੂਲੇਸ਼ਨ ਵੀ ਲੱਗ ਗਿਆ ELD 'ਤੇ ਵੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਆਪਣਾ ਐਕਸ਼ਨ ਨਹੀਂ ਲਿਆ ਹੈਗਾ, ਅਤੇ ਉੱਪਰੋਂ ਜਿਹੜਾ ਆ ਹੁਣ ਆਟੋਮੈਟਿਕ ਦਾ ਜ਼ੋਰ ਚੱਲ ਰਿਹਾ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਟਰਾਂਸਪੋਰਟੇਸ਼ਨ ਸੈਕਰਟਰੀ ਹੈਗੇ ਆ ਇਲੈਨ ਚਾਓ, ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਤਰ੍ਹਾਂ ਨਾਲ ਐਜ਼ ਏ ਕੈਟਾਲਿਸਟ ਜਿਹੜਾ ਆ ਕੰਮ ਕਰ ਰਿਹਾ ਫੋਰ ਡਰਾਈਵਰਲੈਸ ਫਿਊਚਰ। ਅਤੇ ਹੁਣ ਜਿਹੜੇ ਟਰੱਕਰਸ ਆ ਉਹ ਇਹ ਕਹਿ ਰਹੇ ਵੀ ਅਸੀਂ ਤਾਂ, ਸਾਨੂੰ ਤਾਂ ਇੱਕ ਤਰ੍ਹਾਂ ਨਾਲ ਧੋਖਾ ਦਿੱਤਾ ਗਿਆ, ਇਹ ਬਿਟਰੇਲ ਆ ਭਈ, ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਪ੍ਰੋਮਿਸ ਕੀਤਾ ਸੀ ਮੇਕ ਅਮੈਰੀਕਾ ਗ੍ਰੇਟ ਅਗੇਨ, ਅਤੇ ਫਿਰ ਇਹ ਕਿੱਥੇ ਚਲਾ ਗਿਆ। ਅਤੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਬਹੁਤ ਸਾਰੇ ਜਿਹੜੇ ਲੋਕ ਇਹ ਸੋਚਦੇ ਆ ਵੀ ਸ਼ਾਇਦ ਜਿਹੜੇ ਚਾਈਨਾ ਆ ਜਾਂ ਚਾਈਨੀਜ਼ ਆ ਉਹਨਾਂ ਨੇ ਜਿਹੜੀ ਜੋਬਸ ਆ USA ਦੇ ਵਿੱਚ ਜਿਹੜੀਆਂ ਲੋ ਪੇਇੰਗ ਜੋਬ ਆ ਉਹ ਮਾਰੀਆਂ ਹੈਗੀਆਂ। ਪਰ ਹੁਣ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੋਈ ਵਾਲਾ ਚਾਈਨਾ ਦਾ ਹੱਥ ਨਹੀਂ ਹੋਣਾ, ਅਗਰ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਰਾ ਕੁਛ ਆਟੋਮੈਟਿਕ ਹੁੰਦਾ ਹੈਗਾ ਆ। ਅਤੇ ਹੁਣ ਜਿੱਦਾਂ ਅਨਫੋਰਚੂਨੇਟ ਪਾਰਟ ਇਹ ਆ, ਕਹਿੰਦੇ ਵੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ 95% ਲੋਕ ਜਿਹੜੇ ਆ ਉਹ ਕਾਲਜ ਐਜੂਕੇਸ਼ਨ ਲੈਕ ਕਰਦੇ, ਉਹਨਾਂ ਕੋਲ ਕਾਲਜ ਐਜੂਕੇਸ਼ਨ ਨਹੀਂ। ਮੈਂ ਪੰਜਾਬੀਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਓਵਰਆਲ ਜਿਹੜੇ USA ਦੇ ਟਰੱਕਰਸ ਆ ਉਹਨਾਂ ਦੀ ਗੱਲ ਕਰ ਰਿਹਾ, ਖਾਸ ਕਰਕੇ ਜਿਹੜੇ ਵਾਈਟ ਅਮੈਰੀਕਨ ਟਰੱਕਰਸ ਹੈਗੇ, ਕਹਿੰਦੇ ਵੀ ਹਾਈ ਸਕੂਲ ਤੋਂ ਬਾਅਦ ਉਹ ਜਿਹੜੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਚਲੇ ਜਾਂਦੇ ਹੈਗੇ ਆ। ਅਤੇ ਜਿਹੜੇ ਇਹਨਾਂ ਦੇ ਡੈਮੋਗ੍ਰਾਫਿਕਸ ਆ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਜਿਹੜੇ ਵਾਈਟ ਅਮੈਰੀਕਨ ਹੈਗੇ ਆ 2/3 ਹੈਗੇ ਆ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ। ਸੋ ਉਹਨਾਂ ਦੀਆਂ ਜੋਬਸ ਜਿਹੜੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਖਤਰਨਾਕ ਰੂਪ ਧਾਰਨ ਕਰਨਗੀਆਂ, ਕਿਉਂਕਿ ਕਹਿੰਦੇ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਹਦੇ ਬਾਰੇ ਸੋਚ ਹੀ ਨਹੀਂ ਰਿਹਾ ਵੀ ਅਗਰ ਆਉਣ ਵਾਲੇ ਸਮੇਂ 'ਚ 9-10 ਸਾਲਾਂ 'ਚ 17 ਮਿਲੀਅਨ ਟਰੱਕਰ ਦੀ ਸੋਰੀ 1.7 ਮਿਲੀਅਨ ਟਰੱਕਰ ਦੀ ਜੋਬ ਚਲੇ ਜਾਂਦੀ ਆ, ਅਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਟ੍ਰੇਨ ਕਰਨ ਦਾ ਜਾਂ ਉਹਨਾਂ ਨੂੰ ਹੋਰ ਜੋਬ ਲੱਭਣ ਦਾ ਕੋਈ ਇੱਦਾਂ ਦਾ ਤਰੀਕਾ ਹੈ ਜਾਂ ਨਹੀਂ। ਸੋਤਿਆਂ ਨੂੰ ਯਾਦ ਹੋਊਗਾ ਮੈਨੂਫੈਕਚਰਿੰਗ ਦੀਆਂ ਬਹੁਤ ਜ਼ਿਆਦਾ ਜੋਬ ਸੀਗੀਆਂ ਅੱਜ ਤੋਂ 10-15 ਸਾਲ ਪਹਿਲਾਂ USA 'ਚ, ਅਤੇ ਉਹ ਲਗਭਗ 90% ਜਿਹੜੀਆਂ ਮੈਨੂਫੈਕਚਰਿੰਗ ਦੀਆਂ ਜੋਬਸ ਆ ਉਹ USA ਦੇ ਵਿੱਚੋਂ ਚਲਾ ਗਈਆਂ ਹੈਗੀਆਂ। ਸੋ ਹੁਣ ਜਦੋਂ ਤੋਂ ਜਿਹੜਾ ਟੈਸਲਾ ਆ ਉਹਨਾਂ ਨੇ ਆਪਣਾ ਜਿਹੜਾ ਸੈਮੀ ਟਰੱਕ ਬਣਾਇਆ ਹੈਗਾ ਉਹ ਆਟੋਮੈਟਿਕ ਹੈਗਾ, ਡਰਾਈਵਰਲੈਸ ਹੈਗਾ, ਅਤੇ 500 ਮੀਲ ਤੱਕ ਜਾ ਸਕਦਾ ਹੈਗਾ। ਅਤੇ ਉਸ ਦੇ ਕਹਿੰਦੇ 2019 ਦੇ ਵਿੱਚ ਉਹਨਾਂ ਨੇ ਜਿਹੜੀ ਇਹ ਪ੍ਰੋਡਕਸ਼ਨ ਸ਼ੁਰੂ ਕਰ ਦੇਣੀ ਹੈਗੀ ਆ ਲੇਟ 2019 'ਚ। ਸੋ ਆਲਰੇਡੀ ਪੈਪਸੀਕੋ ਨੇ, ਐਨਹੌਜ਼ਰ ਬੁਸ਼ ਅਤੇ ਵਾਲਮਾਰਟ ਨੇ 300 ਤੋਂ ਵੱਧ ਟਰੱਕ ਜਿਹੜੇ ਆ ਉਹਨਾਂ ਦੇ ਆਰਡਰ ਕਰ ਦਿੱਤੇ ਹੈਗੇ ਆ। ਅਤੇ ਪਲੂਟੋਨਿਕ ਦੇ ਹਿਸਾਬ ਦੇ ਨਾਲ ਕਹਿੰਦੇ ਜਿਹੜੇ ਟਰੱਕ ਆ ਆਲਰੇਡੀ ਬੋਲਵੋ ਨੇ, ਡੈਮਰ ਨੇ, ਇਹ ਉਹਨਾਂ ਨੇ ਟੈਸਟ ਕੀਤੇ ਹੈਗੇ ਆ।
ਸੋ ਇਹ ਕਾਫੀ ਵੱਡਾ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੇਂਜ ਹੋਣ ਜਾ ਰਹੀ ਹੈਗੀ ਆ। ਸੋ ਜਿਹੜਾ ਊਬਰ ਆ, ਊਬਰ ਨੇ ਕਹਿੰਦੇ 2016 ਦੇ ਵਿੱਚ, ਅਕਤੂਬਰ 2016 ਦੇ ਵਿੱਚ ਆਪਣਾ ਜਿਹੜਾ ਆਟੋਮੈਟਿਕ ਟਰੱਕ ਸੀ, ਆਟੋਮੈਟਿਕ ਰਿਗ ਸੀ, ਆਲਰੇਡੀ ਟੈਸਟ ਕੀਤਾ ਸੀ। ਊਬਰ ਜਿਹੜੀ ਆ ਉਹ ਟੈਕਸੀ ਐਜ਼ ਏ ਟੈਕਸੀ ਕੰਪਨੀ ਯੂਜ਼ ਕਰ ਰਹੀ ਆ USA ਜਾਂ ਆਲ ਓਵਰ ਦਾ ਵਰਲਡ, ਪਰ ਟਰੱਕਿੰਗ ਦੇ ਵਿੱਚ ਉਹਦਾ ਨਾਂ ਓਟੋ ਆ। ਸੋ 2016 ਅਕਤੂਬਰ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਟਰੱਕ ਨੂੰ, ਆਟੋਮੈਟਿਕ ਰਿਗ ਨੂੰ ਜਿਹੜਾ ਯੂਜ਼ ਕੀਤਾ ਸੀ ਟੈਸਟ ਕਰਨ ਦੇ ਲਈ, ਜਿਹਦੇ ਵਿੱਚ 2000 ਤੋਂ ਵੱਧ ਬੁਡਵਾਈਜ਼ਰ ਦੇ ਕੇਸਿਸ ਸੀਗੇ। ਅਤੇ ਇਹ ਟਰੱਕ ਕਹਿੰਦੇ 120 ਮੀਲ ਰੌਕੀਜ਼ ਤੋਂ ਲੈ ਕੇ, ਜਿਹੜਾ ਰੌਕੀਜ਼ ਫੋਰਟ ਕੋਲਿਨਸ ਤੋਂ ਲੈ ਕੇ ਕੋਲੋਰਾਡੋ ਸਪ੍ਰਿੰਗ ਤੱਕ ਇਹ ਗਿਆ ਸੀ 120 ਮੀਲ ਦੇ ਕਰੀਬ। ਅਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਇਹਦੇ 'ਤੇ ਜਿਹੜਾ ਐਕਸੀਡੈਂਟ ਜਾਂ ਕੋਈ ਗਲਤੀ ਨਹੀਂ ਹੋਈ ਹੈਗੀ, ਪਰ ਜਿਹੜਾ ਡਰਾਈਵਰ ਸੀ ਇੱਕ ਉਹ ਸਿਰਫ ਬੈਠਾ ਹੀ ਸੀ। ਸੋ ਬਹੁਤ ਸਾਰੇ ਜਿਹੜੇ ਐਨਾਲਿਸਟ ਆ ਉਹ ਇਹ ਵੀ ਸੋਚਦੇ ਆ ਵੀ ਜਿਹੜਾ ਫਿਊਚਰ ਇਹ ਹੋਣਾ ਆ ਵੀ ਜਿਸ ਤਰ੍ਹਾਂ ਜਿੱਦਾਂ ਟ੍ਰੇਨ ਹੁੰਦੀ ਹੈ, ਟ੍ਰੇਨ ਦੇ ਵਿੱਚ ਜਿਹੜਾ ਟ੍ਰੇਨ ਓਪਰੇਟਰ ਮੇਨ ਡਰਾਈਵਰ ਉਹਦਾ ਬੈਠਾ ਹੀ ਹੁੰਦਾ ਹੈ, ਉਹਦਾ ਕੋਈ ਬਾਹਲਾ ਫੰਕਸ਼ਨ ਨਹੀਂ ਹੁੰਦਾ ਹੈਗਾ, ਬਸ ਦੇਖ ਰਿਹਾ। ਸੋ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਡਰਾਈਵਰਸ ਹੋਊਗੇ ਉਹਨਾਂ ਦਾ ਆਹੀ ਫੰਕਸ਼ਨ ਹੋਊਗਾ ਵੀ ਵਿੱਚ ਬੈਠੇ ਹੈਗੇ ਆ ਅਤੇ ਹੋਣਾ ਕੁਛ ਨਹੀਂ ਹੈਗਾ। ਅਤੇ ਜਿਹੜਾ ਓਟੋ ਆ, ਓਟੋ ਦਾ ਜਿਹੜਾ ਬ੍ਰੇਨ ਚਾਈਲਡ ਸੀ ਉਹ ਜਿਹਦਾ ਨਾਂ ਲੇਵਨਡੋਸਕੀ ਆ, ਉਹ ਕਹਿੰਦੇ ਭਈ ਗੂਗਲ ਦਾ ਟੌਪ ਮੋਸਟ ਇੰਜੀਨੀਅਰ ਸੀਗਾ ਜਿਸ ਨੇ ਸੈਲਫ ਡਰਾਈਵਿੰਗ ਕਾਰ ਯੂਨਿਟ ਜਿਹੜਾ ਉਹਨਾਂ ਦਾ ਉਹ ਬਣਾਈ ਹੈਗੀ ਆ। ਉਸ ਕਾਰ ਯੂਨਿਟ ਦਾ ਟੌਪ ਮੋਸਟ ਉਹ ਇੰਜੀਨੀਅਰ ਸੀਗਾ, ਜੋ ਕਿ ਬਾਅਦ ਦੇ ਵਿੱਚ ਫਿਰ ਉਹ ਆਟੋ ਦੇ ਵਿੱਚ ਚਲਾ ਗਿਆ ਜੋ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਜਾ ਰਹੇ ਹੈਗੇ ਆ ਕਾਫੀ ਜ਼ੋਰ ਸ਼ੋਰ ਦੇ ਨਾਲ। ਅਤੇ ਊਬਰ ਨੇ ਪਤਾ ਹੀ ਆ ਵੀ ਕਿੰਨੇ ਬਿਲੀਅਨ ਡਾਲਰ ਦੀ ਜਿਹੜੀ ਇੰਡਸਟਰੀ ਆ, ਕਹਿੰਦੇ ਵੀ ਆਲ ਓਵਰ ਦਾ ਵਰਲਡ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਡਿਸਟਰਪਟ ਕਰ ਦਿੱਤੀ ਆ। ਅਤੇ ਹੁਣ ਟਰੱਕਿੰਗ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਹੀ ਆ ਵੀ ਬਹੁਤ ਸਾਰੀਆਂ ਕੰਪਨੀਆਂ ਇਹਨੂੰ ਡਿਸਟਰਪਟ ਕਰਨ ਜਾ ਰਹੀਆਂ ਹੈਗੀਆਂ। ਸੋ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਅਤੇ ਤੁਹਾਨੂੰ ਇਸ ਚੀਜ਼ ਦਾ ਬਿਲਕੁਲ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਹੈਗਾ ਭਈ ਆਉਣ ਵਾਲੇ ਸਮੇਂ ਦੇ ਵਿੱਚ ਚੇਂਜਸ ਆ ਰਹੀਆਂ, ਤੁਹਾਡਾ ਆਲਟਰਨੇਟਿਵ ਜ਼ਰੂਰ ਕੋਈ ਹੋਰ ਬਿਜ਼ਨਸ, ਕੋਈ ਜੌਬ, ਖਾਸ ਕਰਕੇ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਟਰੱਕਰਸ ਹੈਗੇ ਆ, ਚਾਹੇ ਤੁਹਾਡਾ ਟਰੱਕਿੰਗ ਦਾ ਬਹੁਤ ਵਧੀਆ ਬਿਜ਼ਨਸ ਹੈਗਾ ਆ, ਪਰ ਪਲੀਜ਼ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀ ਐਜੂਕੇਸ਼ਨ ਦਵਾਓ, ਕੋਲਜ ਡਿਗਰੀ ਤੋਂ ਘੱਟ ਕੋਈ ਨਹੀਂ ਹੋਣਾ ਚਾਹੀਦਾ ਹੈਗਾ, ਕਿਉਂਕਿ ਜਿਹੜੀ ਜੌਬ ਇੰਡਸਟਰੀ ਆ ਉਹ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ। ਹਰ ਇੱਕ ਚੀਜ਼ ਜਿਹੜੀ ਆ ਉਹ ਆਟੋਮੈਟਿਕ ਵੱਲ ਜਾ ਰਹੀ ਹੈਗੀ ਆ। ਸੋ ਇਸ ਨੇ ਜਿਹੜਾ ਆ ਜਿਹੜੇ ਇੰਡੀਵਿਜੁਅਲ ਲੋਕ ਆ, ਸਮਾਲ ਬਿਜ਼ਨਸ ਆ, ਉਹਨਾਂ ਨੂੰ ਮਾਰਨਾ ਹੀ ਆ। ਸੋ ਇਹਦੇ ਸੰਬੰਧ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਰੂਰ ਆਪਾਂ ਦੇ ਨਾਲ, ਆਪਾਂ ਸਾਰਿਆਂ ਦੇ ਨਾਲ, ਸਰੋਤਿਆਂ ਦੇ ਨਾਲ ਇਹ ਜਿਹੜੀਆਂ ਖਬਰਾਂ ਸਾਂਝੀਆਂ ਕਰਿਆ ਕਰਾਂਗੇ, ਖਾਸ ਕਰਕੇ ਟਰੱਕਿੰਗ ਆਟੋਮੈਟਿਕ ਵਾਲਾ ਜਿਹੜਾ ਕੰਮ ਹੈਗਾ। ਸੋ ਮੈਨੂੰ ਆਸ ਆ ਵੀ ਸਰੋਤਿਆਂ ਨੂੰ ਜਿੰਨੀਆਂ ਕੁ ਆਪਾਂ ਅੱਜ ਖਬਰਾਂ ਸਾਂਝੀਆਂ ਕੀਤੀਆਂ ਪਸੰਦ ਆਈਆਂ ਹੋਣਗੀਆਂ। ਅਤੇ ਸਾਡਾ ਜਿਹੜਾ ਸਮਾਂ ਵੀ ਸਮਾਪਤ ਹੋ ਗਿਆ, ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ, ਅਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA।